Good morning, Sat Sri Akal, Namaskar, Adab. Welcome to Putta College Gedi, the live YouTube channel of Putta Group of Colleges. Aaj is session de vich mere naal ne Miss Anurit Kaur, jehde ki Bachelor of Animation and Multimedia Technology de course de coordinator ne. Welcome back. Thank you. Aur sade naal ne Miss Rahul Jodh Kaur, jehde ki AC branch de final year de student ne. And I would like to mention that she has obtained her meritorious position in the university. She is a university topper. So welcome Rikul to the session. So sab to pehla Anurit ji main thonu puchna chahangi is course de bare a de bare thode je sade viewers nal share karo. Yes ma'am, today I am going to discuss about BSc in Animation and Multimedia Technology. Jehda ki sada eh course hai BSc Animation da, eh ik 3-year program hai sade kol. And ede vich inu 6 semester de vich divide kita gaya hai. Okay. And jo BSc Animation hai, eh basically practical knowledge de based eh sada course jehda hai design kita gaya hai. And ede vich rest of the 30% jehda sada syllabus hai oh theory subjects ne. Okay. ਹਾਂਜੀ ਤੇ ਇਹਦੇ ਵਿੱਚ ਜਿਹੜਾ ਅਸੀਂ ਆਪਣਾ ਵਰਕ ਕਰਦੇ ਹਾਂ ਸਟੂਡੈਂਟਸ ਬੇਸਿਕਸ ਤੋਂ ਲੈ ਕੇ ਜੋ ਟੈਕਨੀਕਲੀ ਤੱਕ ਜੋ ਸਿੱਖਦੇ ਨੇ ਉਹ ਸਾਰੇ ਸੌਫਟਵੇਅਰ ਨੌਲੇਜ ਹੈ ਮਿਲਦੀ ਆ ਉਹਨਾਂ ਨੂੰ ਹੈ ਹਾਂਜੀ ਤੇ ਇਹਦੇ ਵਿੱਚ ਸਾਡੇ ਸਟੂਡੈਂਟਸ ਨੇ ਜਿਹੜੇ ਬੇਸਿਕ ਜੋ ਪ੍ਰਿੰਸੀਪਲ ਆਫ ਐਨੀਮੇਸ਼ਨ ਸਿੱਖਦੇ ਨੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਬੇਸਿਕ ਆਰਟ ਸਿੱਖਦੇ ਨੇ ਉਹਦੇ ਵਿੱਚ ਜਿਵੇਂ ਡਰਾਇੰਗ ਆਰਟਸ ਹੋ ਗਈਆਂ ਸਕੈਚਿੰਗ ਆਰਟਸ ਹੋ ਗਈਆਂ ਪੇਂਟਿੰਗਸ ਹੋ ਗਈਆਂ ਐਂਡ ਇਸ ਤੋਂ ਬਾਅਦ ਜੋ ਸਟੂਡੈਂਟਸ ਦਾ ਲੈਵਲ ਹੈ ਉਹ ਥੋੜਾ ਅਪ ਹੋ ਜਾਂਦਾ ਆ ਰਾਈਟ ਜਿਹਦੇ ਵਿੱਚ ਕੀ ਜਾ ਕੇ ਉਹ ਗ੍ਰਾਫਿਕ ਡਿਜ਼ਾਈਨਿੰਗ ਚ ਜਾਂਦੇ ਨੇ ਜੀ ਐਂਡ ਗ੍ਰਾਫਿਕਸ ਦੀ ਨੌਲੇਜ ਲੈਂਦੇ ਨੇ ਜੋ ਕਿ ਸਾਡੇ ਕੋਲ ਗ੍ਰਾਫਿਕਸ ਦੇ ਸੌਫਟਵੇਅਰਸ ਨੇ ਜਿਵੇਂ ਕਿ ਫੋਟੋਸ਼ਾਪ ਹੋ ਗਿਆ ਕੋਰਲ ਡਰਾ ਹੋ ਗਿਆ ਇਲੂਸਟ੍ਰੇਸ਼ਨ ਹੋ ਗਿਆ ਐਂਡ ਉਸ ਤੋਂ ਬਾਅਦ ਜਿਹੜਾ ਇਹ ਲੈਵਲ ਹੈ 6 ਸਮੈਸਟਰ ਤੱਕ ਜਾ ਕੇ ਹੋਰ ਵੀ ਜ਼ਿਆਦਾ ਐਡਵਾਂਸ ਲੈਵਲ ਦਾ ਹੋ ਜਾਂਦਾ ਆ ਜਿਹਦੇ ਵਿੱਚ ਜਾ ਕੇ ਅਸੀਂ ਸਟੂਡੈਂਟਸ ਨੂੰ ਵਰਕ ਕਰਵਾਉਂਦੇ ਆ 3D ਸੌਫਟਵੇਅਰਸ ਨੇ ਜੋ ਕਿ ਇੰਟਰਨੈਸ਼ਨਲ ਲੈਵਲ ਤੇ ਬਹੁਤ ਹੀ ਹਾਈ ਐਡਵਾਂਸ ਸੌਫਟਵੇਅਰਸ ਨੇ ਜਿਵੇਂ ਕਿ 3D ਮਾਇਆ ਹੋ ਗਿਆ ਐਂਡ ਆਟੋਡੈਸਕ ਮਾਇਆ ਐਂਡ ਮੈਕਸ ਹੋ ਗਿਆ ਜਾਂ ਆਪਣਾ ਵੀਡੀਓ ਐਡੀਟਿੰਗ ਦੇ ਲਈ VFX ਦੇ ਲਈ ਸਪੈਸ਼ਲ ਇਫੈਕਟਸ ਹੋ ਗਏ ਇਹ ਸਾਰੇ ਸੌਫਟਵੇਅਰਸ ਨੇ ਜੋ ਕਿ ਐਡਵਾਂਸ ਲੈਵਲ ਦੇ ਸੌਫਟਵੇਅਰਸ ਨੇ ਇਹ ਸਟੂਡੈਂਟਸ ਨੂੰ ਲਾਸਟ ਈਅਰ ਦੇ ਵਿੱਚ ਸਿਖਾਏ ਜਾਂਦੇ ਨੇ ਜੀ ਐਂਡ ਇਸ ਤੋਂ ਬਾਅਦ ਕੀ ਹੈ ਜਿਹੜਾ ਸਾਡਾ ਅਸੀਂ ਇੱਥੇ ਆਪਣੇ BGC ਦੇ ਵਿੱਚ ਡਿਜ਼ਾਈਨ ਕੀਤਾ ਗਿਆ ਹੈ ਕਿ ਜਿਹੜੇ ਸਟੂਡੈਂਟਸ ਨੇ ਉਹ ਟੈਕਨੀਕਲ ਨੌਲੇਜ ਦੇ ਨਾਲ ਨਾਲ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਵਿੱਚ ਵੀ ਪਰਸਨੈਲਿਟੀ ਵੀ ਡਿਵੈਲਪ ਕਰਦੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੂੰ ਅਸੀਂ ਇੱਥੇ ਸਿਖਾਉਂਦੇ ਹਾਂ ਕਿ ਉਹ ਕਿਵੇਂ ਜੋ ਕਿ ਟੈਕਨੀਕਲ ਸਕਿੱਲਸ ਦੇ ਨਾਲ ਨਾਲ ਆਪਣੀਆਂ ਸੌਫਟ ਸਕਿੱਲਸ ਨੇ ਜਿਵੇਂ ਕਿ ਕਮਿਊਨੀਕੇਸ਼ਨ ਸਕਿੱਲਸ ਨੇ ਇਹਨਾਂ ਦੇ ਉੱਪਰ ਵੀ ਉਹ ਆਪਣਾ ਅੱਜਕੱਲ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਕਾਮਯਾਬ ਹੋਣ ਲਈ ਸਾਨੂੰ ਸੌਫਟ ਸਕਿੱਲਸ ਦੀ ਨੌਲੇਜ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਇਹਦੇ ਨਾਲ ਇਨ ਐਡੀਸ਼ਨ ਟੂ ਦਿਸ ਅਸੀਂ ਆਪਣੇ ਕੋਰਸ ਦੇ ਵਿੱਚ ਜਿਸ ਤਰ੍ਹਾਂ ਕਿ ਉਹਨਾਂ ਨੂੰ ਸਟੂਡੀਓਸ ਵੀ ਪ੍ਰੋਵਾਈਡ ਕੀਤੇ ਗਏ ਨੇ ਅਤੇ ਆਪਣੇ ਕਾਲਜ ਦੇ ਅੰਦਰ ਹੀ ਜਿਹਦੇ ਵਿੱਚ ਕਿ ਉਹ ਕਰੋਮਾ ਸ਼ੂਟਿੰਗ ਤੇ ਵਰਕ ਕਰਦੇ ਨੇ ਉਹਨਾਂ ਨੂੰ ਡਿਫਰੈਂਟ ਹੈਂਡਸ ਔਨ ਐਕਸਪੀਰੀਅੰਸ ਤੁਸੀਂ ਨਾਲ ਦੀ ਨਾਲ ਦਿੰਦੇ ਨੇ ਹਾਂਜੀ ਜੋ ਇੱਕ ਇੰਡਸਟਰੀ ਲੈਵਲ ਦਾ ਐਕਸਪੀਰੀਅੰਸ ਹੈ ਉਹ ਅਸੀਂ ਸਟੂਡੈਂਟ ਨੂੰ ਉਹਦੇ ਨਾਲ ਪਹਿਲਾਂ ਹੀ ਫੈਮਿਲੀਅਰ ਕਰਵਾ ਦਿੰਦੇ ਆ ਉਹਨਾਂ ਨੂੰ ਇੰਡਸਟਰੀ 'ਚ ਜਾਣ ਤੋਂ ਪਹਿਲਾਂ ਹੀ ਤਾਂ ਕਿ ਉਹਨਾਂ ਨੂੰ ਜਾ ਕੇ ਅਲੱਗ ਮਹਿਸੂਸ ਨਾ ਹੋਵੇ ਇਹ ਚੀਜ਼ ਕਿ ਸਾਨੂੰ ਇਹ ਇੱਕ ਡਿਫਰੈਂਟ ਚੀਜ਼ ਮਿਲ ਗਈ ਔਰ ਇਹੀ ਅੱਜ ਦੇ ਸਮੇਂ ਦੀ ਲੋੜ ਹੈ ਕਿ ਮੋਸਟਲੀ ਇਹ ਦੇਖਿਆ ਜਾਂਦਾ ਹੈ ਕਿ ਸਟੂਡੈਂਟਸ ਜਿਹੜੇ ਨੇ ਉਹ ਇੰਡਸਟਰੀ ਰੈਡੀ ਨਹੀਂ ਹੁੰਦੇ ਕਿ ਸਕਿੱਲਸ ਕਿਤੇ ਨਾ ਕਿਤੇ ਇੱਕ ਮਿਸਮੈਚ ਹੋ ਜਾਂਦਾ ਸਕਿੱਲ ਸੈਟਸ ਦਾ ਕਿ ਥਿਊਰੀ ਤਾਂ ਸਾਰੀ ਪੜ੍ਹੀ ਗਈ ਹੈ ਬਟ ਐਕਚੁਅਲੀ ਉਹਨੂੰ ਇੰਪਲੀਮੈਂਟ ਕਿਸ ਤਰ੍ਹਾਂ ਕਰਨਾ ਹੈ ਇਹ ਟ੍ਰੇਨਿੰਗ ਸਾਡੇ ਸਟੂਡੈਂਟਸ ਨੂੰ ਕਈ ਵਾਰ ਨਹੀਂ ਮਿਲੀ ਹੁੰਦੀ ਹਾਂਜੀ ਸੋ ਇਹ ਚੀਜ਼ ਤੁਸੀਂ ਇੱਥੇ ਪਹਿਲਾਂ ਹੀ ਪ੍ਰੋਵਾਈਡ ਕਰਦੇ ਪਹਿਲਾਂ ਹੀ ਹਾਂਜੀ ਉਹਨਾਂ ਨੂੰ ਮਤਲਬ ਕਿ ਜੋ ਜਿਸ ਤਰ੍ਹਾਂ ਕਿ ਸਟੂਡੀਓਜ਼ ਦੇ ਵਿੱਚ ਜਦੋਂ ਸਟੂਡੈਂਟਸ ਆਪਣੇ ਪ੍ਰੋਜੈਕਟਸ ਤੇ ਵਰਕ ਕਰਦੇ ਨੇ ਉਹਨਾਂ ਨੂੰ ਵੀਡੀਓ ਐਡੀਟਿੰਗ ਦਾ ਦੱਸਿਆ ਜਾਂਦਾ ਉਹਨਾਂ ਨੂੰ ਕ੍ਰੋਮਾ ਸ਼ੂਟਿੰਗ ਦਾ ਸਾਰਾ ਦੱਸਿਆ ਜਾਂਦਾ ਹੈ ਹਾਂਜੀ ਐਂਡ ਉਸ ਤੋਂ ਬਾਅਦ ਸਾਡੇ ਕੋਲ ਨੇ ਜੋ ਅਸੀਂ ਉਹਨਾਂ ਦਾ ਪ੍ਰੀ ਪ੍ਰੋਡਕਸ਼ਨ ਜੋ ਕਿ ਮੇਨ ਪਾਰਟ ਆਫ ਦਾ ਐਨੀਮੇਸ਼ਨ ਹੈ ਜਿਸ ਦੇ ਨਾਲ ਕਿ ਪ੍ਰੀ ਪ੍ਰੋਡਕਸ਼ਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਪਹਿਲਾਂ ਹੀ ਡਿਜ਼ਾਈਨ ਕਰ ਲੈਂਦੇ ਆ ਕੋਈ ਵੀ ਸਪੋਜ਼ ਕਰੋ ਸਟੂਡੈਂਟ ਇੱਕ ਸ਼ਾਰਟ ਫਿਲਮ ਤੇ ਵਰਕ ਕਰ ਰਹੇ ਨੇ ਰਾਈਟ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਪ੍ਰੀ ਪ੍ਰੋਡਕਸ਼ਨ ਦੇ ਵਿੱਚ ਪਹਿਲਾਂ ਹੀ ਸਕ੍ਰਿਪਟ ਲਿਖੀ ਜਾਂਦੀ ਹੈ ਜਿਸ ਉਹ ਟੌਪਿਕ ਦੇ ਅਕੋਰਡਿੰਗਲੀ ਉਹ ਸਕ੍ਰਿਪਟ ਲਿਖਦੇ ਨੇ ਡਾਇਲੌਗਸ ਲਿਖਦੇ ਨੇ ਉਸ ਤੋਂ ਬਾਅਦ ਕੈਰੈਕਟਰਸ ਦੇਖਦੇ ਨੇ ਉਹ ਆਪਣੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪ੍ਰੀ ਪ੍ਰੋਡਕਸ਼ਨ ਦਾ ਪਾਰਟ ਜੋ ਇੱਥੇ ਸਿਖਾਇਆ ਜਾਂਦਾ ਆ ਕਿ ਸਟੂਡੈਂਟ ਨੇ ਇੰਡਸਟਰੀ ਲੈਵਲ 'ਚ ਜਾਣਾ ਆ ਤੇ ਉਹਨੂੰ ਪਹਿਲਾਂ ਇਹਨਾਂ ਚੀਜ਼ਾਂ ਦੀ ਨੌਲੇਜ ਦਿੱਤੀ ਜਾਂਦੀ ਆ ਕਿ ਪ੍ਰੀ ਪ੍ਰੋਡਕਸ਼ਨ ਕੀ ਚੀਜ਼ ਹੈ ਉਹਦੇ ਤੇ ਕਿੱਦਾਂ ਵਰਕ ਕਰਨਾ ਜੀ ਐਂਡ ਉਸ ਤੋਂ ਬਾਅਦ ਆ ਜਾਂਦਾ ਹੈ ਪੋਸਟ ਪ੍ਰੋਡਕਸ਼ਨ ਪੋਸਟ ਪ੍ਰੋਡਕਸ਼ਨ ਦੇ ਵਿੱਚ ਕੀ ਹੁੰਦਾ ਕਿ ਸਟੂਡੈਂਟਸ ਉਹਨਾਂ ਚੀਜ਼ਾਂ ਦੇ ਉੱਪਰ ਵਰਕ ਕਰਦੇ ਨੇ ਐਕਚੁਅਲ ਦੇ ਵਿੱਚ ਜਿਸ ਤਰ੍ਹਾਂ ਕਿ ਸੌਫਟਵੇਅਰਸ ਨੂੰ ਲੈ ਕੇ ਉਹ ਉਹਨਾਂ ਦੇ
ਵਰਕ ਕਰਦੇ ਨੇ, ਜਿਵੇਂ ਕਿ ਹੁਣ ਵੀਡੀਓ ਐਡੀਟਿੰਗ ਹੋ ਗਈ, ਉਹਨਾਂ ਨੇ ਵੀਡੀਓ ਤਾਂ ਸ਼ੂਟ ਕਰ ਲਈ ਹੋਈ ਆ ਪ੍ਰੀ ਪ੍ਰੋਡਕਸ਼ਨ ਦੇ ਵਿੱਚ, ਐਂਡ ਪੋਸਟ ਪ੍ਰੋਡਕਸ਼ਨ ਦੇ ਵਿੱਚ ਜਾ ਕੇ ਉਹ ਉਸਦੀ ਐਡੀਟਿੰਗ ਕਰਦੇ ਨੇ, ਉਹਦੇ ਵਿੱਚ ਉਹ ਹੋਰ ਮਿਊਜ਼ਿਕ ਵਗੈਰਾ ਜਿਹੜੇ ਲਗਾਉਣੇ, ਹਾਂਜੀ ਮਿਊਜ਼ਿਕ ਉਹਦੇ ਵਿੱਚ ਆਡੀਓ ਆਡੀਓ ਐਡ ਕਰਦੇ ਨੇ, ਹਾਂਜੀ ਐਂਡ ਵੀ ਐਫ ਐਕਸ ਐਡ ਕਰਦੇ ਨੇ, ਸਟੂਡੈਂਟਸ ਉਸ ਚੀਜ਼ ਨੂੰ ਅਪਲਾਈ ਕਰਦੇ ਨੇ ਕਿ ਹਾਂ ਸਾਡਾ ਫਾਈਨਲ ਚੀਜ਼ ਇਹ ਸੀਗੀ ਐਂਡ ਇਸ ਚੀਜ਼ ਨੂੰ ਅਸੀਂ ਨੇ ਫਾਈਨਲ ਆਊਟਪੁੱਟ ਜੋ ਆਇਆ ਉਹ ਹੋ ਗਿਆ ਸਾਡਾ ਪ੍ਰੋਡਕਸ਼ਨ ਵਰਕ, ਰਾਈਟ, ਹਾਂਜੀ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਮਤਲਬ ਇਹਦੇ ਵਿੱਚ ਕਰਵਾ ਦਿੰਦੇ ਹੋ, ਲਾਈਕ ਵਰਕਸ਼ਾਪਸ ਵਗੈਰਾ ਵੀ ਤੁਸੀਂ ਹੋਲਡ ਕਰਦੇ ਹੋ ਇਹਦੇ ਵਿੱਚ, ਜਾਂ ਕੋਈ ਹੋਰ ਆਊਟਸਟੇਸ਼ਨ ਕੋਈ ਟ੍ਰੇਨਿੰਗਸ ਵੀ ਹੁੰਦੀਆਂ ਨੇ ਜਾਂ ਸਾਰੀਆਂ ਇਨ ਹਾਊਸ ਟ੍ਰੇਨਿੰਗ ਹੁੰਦੀਆਂ ਨੇ? ਹਾਂਜੀ ਮੈਮ, ਵਰਕਸ਼ਾਪ ਦੀ ਗੱਲ ਕਰੀਏ ਤਾਂ ਆਪਣਾ ਹੁਣ ਲਾਸਟ ਟਾਈਮ ਦੇ ਵਿੱਚ ਸਟੂਡੈਂਟ ਦੇ ਲਈ ਫੋਟੋਸ਼ਾਪ ਦੀ ਵਰਕਸ਼ਾਪਸ ਕਰਵਾਈਆਂ ਨੇ, ਹਾਂਜੀ ਆਪਾਂ ਟਾਈਮ ਟੂ ਟਾਈਮ ਜੋ ਹੈ ਵਰਕਸ਼ਾਪਸ ਅਰੇਂਜ ਕਰਦੇ ਹਾਂ, ਸੈਮੀਨਾਰ ਅਰੇਂਜ ਕਰਦੇ ਹਾਂ ਤਾਂ ਕਿ ਜੋ ਸਟੂਡੈਂਟ ਨੇ ਉਹ ਪ੍ਰੋਪਰ ਨੌਲੇਜ ਲੈ ਸਕਣ, ਉਹਨਾਂ ਨੂੰ ਐਕਚੁਅਲ ਦੇ ਵਿੱਚ ਇੰਡਸਟਰੀ ਲੈਵਲ ਤੇ ਵਰਕ ਉਹਨਾਂ ਦਾ ਕਿਸ ਲੈਵਲ ਤੇ ਹੋ ਰਿਹਾ। ਇਸ ਦੇ ਨਾਲ ਨਾਲ ਹੀ ਉਹਨਾਂ ਨੂੰ ਵਿਜ਼ਿਟਸ ਕਰਵਾਈਆਂ ਜਾਂਦੀਆਂ ਨੇ ਡਿਫਰੈਂਟ ਡਿਫਰੈਂਟ ਪਲੇਸਿਸ ਦੀਆਂ, ਤਾਂ ਕਿ ਸਟੂਡੈਂਟ ਅਵੇਅਰ ਰਹਿਣ ਆਪਣੇ ਸਬਜੈਕਟ ਦੇ ਰਿਗਾਰਡਿੰਗ। ਐਂਡ ਇਹਦੇ ਨਾਲ ਹੀ ਜੋ ਕਾਲਜ ਹੈ ਉਹ ਉਹਨਾਂ ਦੇ ਨਾਲ ਸੈਮੀਨਾਰਸ ਗੈਸਟ ਲੈਕਚਰਸ ਨੇ ਜੋ ਉਹ ਪ੍ਰੋਵਾਈਡ ਕੀਤੇ ਜਾਂਦੇ ਨੇ, ਤਾਂ ਕਿ ਸਟੂਡੈਂਟਸ ਆਪਣੀ ਨੌਲੇਜ ਨੂੰ ਗ੍ਰਾਸਪ ਕਰ ਸਕਣ। ਜੀ ਜੀ ਜੀ। ਸੋ ਮੈਂ ਰਵਿੰਦਰ ਹੁਣ ਤੁਹਾਨੂੰ ਮੈਂ ਪੁੱਛਣਾ ਚਾਹਾਂਗੀ ਕਿ ਸਿੰਸ ਤੁਸੀਂ ਹੁਣ ਫਾਈਨਲ ਈਅਰ ਦੇ ਵਿੱਚ ਹੈਗੇ ਹੋ, ਤਾਂ ਤੁਸੀਂ ਇਸ 3 ਈਅਰ ਕੋਰਸ ਦੇ ਦੌਰਾਨ ਤੁਸੀਂ ਕੀ ਸਕਿੱਲਸ ਹਾਸਿਲ ਕੀਤੀਆਂ ਨੇ, ਕੀ ਤੁਸੀਂ ਸਪੈਸ਼ਲ ਸਿੱਖਿਆ ਇਸ ਪੂਰੇ ਕੋਰਸ ਦੇ ਵਿੱਚ? ਇਸ ਵਿੱਚ ਮੈਮ ਸਭ ਤੋਂ ਪਹਿਲਾਂ ਤਾਂ ਸਾਨੂੰ ਹਿਸਟਰੀ ਦਾ ਪਤਾ ਲੱਗਿਆ ਕਿ ਐਨੀਮੇਸ਼ਨ ਹਿਸਟਰੀ ਹੈ ਕੀ ਸੀ, ਕਿ ਕਿੱਦਾਂ ਅਰਲੀ ਏਜ ਦੇ ਵਿੱਚ ਐਡਮਿਸ਼ਨ ਕੀਤੀ ਜਾਂਦੀ ਸੀ, ਜ਼ੂਟ੍ਰੋਪ ਥਰਮਸ ਟ੍ਰੋਪ ਦੇ ਨਾਲ, ਫਿਰ ਉਸ ਤੋਂ ਬਾਅਦ ਆ ਗਿਆ ਸਟੌਪ ਮੋਸ਼ਨ ਆਈ, ਸਾਰਾ ਕੁਛ ਸਾਨੂੰ ਪਤਾ ਲੱਗਿਆ। ਉਸ ਵਕਤ ਮੈਮ ਐਡਵਾਂਸ ਲੈਵਲ ਤੇ ਸੋਫਟਵੇਅਰ ਸਿੱਖੇ, ਮਾਇਆ, ਉਸ ਵਿੱਚ ਮਾਇਆ ਹੋ ਗਏ, ਫੋਟੋਸ਼ਾਪ ਹੋ ਗਏ, ਇਹ ਸਾਰੇ ਐਡਵਾਂਸ ਲੈਵਲ ਦੇ ਸੋਫਟਵੇਅਰ ਨੇ ਜਿਹਨਾਂ ਦੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਡਿਮਾਂਡ ਆ, ਔਰ ਆਫਕੋਰਸ ਫਿਊਚਰ ਦੇ ਵਿੱਚ ਵੀ ਹੋਊਗੀ ਇਹਦੇ ਵਿੱਚ, ਬਿਕੋਜ਼ ਦਿਸ ਇਜ਼ ਐਨ ਅਪਕਮਿੰਗ ਸਟ੍ਰੀਮ, ਦਿਸ ਇਜ਼ ਅ ਪ੍ਰੋਫੈਸ਼ਨ ਜਿਹਦੀ ਕਿ ਬਹੁਤ ਜ਼ਿਆਦਾ ਡਿਮਾਂਡ ਹੈ ਅੱਜ ਕੱਲ੍ਹ। ਹਾਂਜੀ, ਉਸ ਦੇ ਨਾਲ ਸਾਨੂੰ ਪਤਾ ਲੱਗਿਆ ਕਿ ਜਦ ਵੀ ਅਸੀਂ ਕੋਈ ਵੀ ਮਾਇਆ ਦੇ ਵਿੱਚ ਵਰਕ ਕਰ ਰਹੇ ਹਾਂ, ਲਾਈਟਿੰਗ ਹੈ ਜੋ ਉਹਦਾ ਕੀ ਇੰਪੋਰਟੈਂਟ ਰੋਲ ਆ, ਆਪਣੇ ਜੋ ਕਰੈਕਟਰ ਅਸੀਂ ਬਣਾ ਲਿਆ, ਰਿਗ ਕਰ ਲਿਆ, ਉਸ ਤੋਂ ਬਾਅਦ ਉਹਨੂੰ ਜਾਂ ਉਹਦੀ ਐਨੀਮੇਸ਼ਨ ਕਰਵਾਉਣੀ ਆ, ਉਸ ਟਾਈਮ ਉਹਦੇ ਐਕਸਪ੍ਰੈਸ਼ਨਸ, ਬੋਡੀ ਲੈਂਗੁਏਜ ਕਿੱਦਾਂ ਹੋਣੇ ਚਾਹੀਦੇ ਨੇ, ਉਸ ਦੇ ਨਾਲ ਨਾਲ ਮੈਮ ਅਸੀਂ ਖੁਦ ਨੂੰ ਪ੍ਰੈਜੈਂਟ ਕਰਨਾ ਸਿੱਖਿਆ, ਕਮਿਊਨੀਕੇਸ਼ਨ ਸਕਿੱਲਸ ਸਿੱਖੀਆਂ ਅਸੀਂ, ਕਿੱਦਾਂ ਖੁਦ ਨੂੰ ਪ੍ਰੈਜੈਂਟ ਕਰਨਾ, ਕਿੱਦਾਂ ਆਪਣੇ ਵਰਕ ਨੂੰ ਪ੍ਰੈਜੈਂਟ ਕਰਨਾ ਹੈ, ਕਿੱਦਾਂ ਸਭ ਨੂੰ ਮਿਲਣਾ ਹੈ, ਜੋ ਵੀ ਬਲਕਿ ਫਿਊਚਰ ਵਿੱਚ ਸਾਡੇ ਲਈ ਹੈਲਪਫੁਲ ਆ, ਅਸੀਂ ਸਭ ਕੁਛ ਸਿੱਖਿਆ। ਸੋ ਮੈਂ ਇੱਕ ਸਵਾਲ ਅਨੁਰੀ ਜੀ ਤੁਹਾਨੂੰ ਹੁਣ ਕਰਨਾ ਚਾਹਾਂਗੀ ਕਿ ਆਮ ਸ਼ੋਰ ਕਿ ਸਾਡੇ ਜਿਹੜੇ ਮਤਲਬ ਕਰੰਟ ਸਟੂਡੈਂਟਸ ਨੇ ਉਹਨਾਂ ਦਾ ਵੀ ਇੱਕ ਸਵਾਲ ਹੋਏਗਾ, ਸਾਡੇ ਵਿਊਅਰਸ ਔਰ ਸਟੂਡੈਂਟਸ ਜਿਹੜੇ ਕਿ ਸੋਚ ਰਹੇ ਨੇ ਇਸ ਕੋਰਸ ਨੂੰ ਜੁਆਇਨ ਕਰਨ ਬਾਰੇ, ਕਿ ਜੋਬ ਪ੍ਰੋਸਪੈਕਟ ਕੀ ਹੈ, ਇਸ ਤੋਂ ਬਾਅਦ ਕਿਹੜੀਆਂ ਇੰਡਸਟਰੀਜ਼ ਨੇ, ਕਿਸ ਤਰ੍ਹਾਂ ਦੀਆਂ ਜੋਬਸ ਜਿਹੜੇ ਨੇ ਉਹ ਸਾਡੇ ਸਟੂਡੈਂਟਸ ਲੈ ਸਕਦੇ? ਹਾਂਜੀ ਮੈਮ, ਜਿਸ ਤਰ੍ਹਾਂ ਜੋਬਸ ਦੀ ਗੱਲ ਕਰੀਏ ਤਾਂ ਇੱਕ ਐਨੀਮੇਸ਼ਨ ਜੋ ਹੈ ਉਹ ਇੱਕ ਵਰਲਡ ਵਾਈਡ ਲੈਵਲ ਤੇ ਇੱਕ ਬਹੁਤ ਹੀ ਐਡਵਾਂਸ ਲੈਵਲ ਦਾ ਜੋ ਕੋਰਸ ਹੈ, ਐਂਡ ਇਹਦੇ ਵਿੱਚੋਂ ਕਿ ਜਦੋਂ ਸਟੂਡੈਂਟ ਇਸ ਕੋਰਸ ਦੇ ਵਿੱਚ ਐਨਰੋਲ ਹੁੰਦਾ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇੰਡਸਟਰੀ ਲੈਵਲ ਦੀਆਂ ਸਿੱਖਦਾ ਆ, ਐਂਡ ਬਹੁਤ ਸਾਰੇ ਸੋਫਟਵੇਅਰਸ ਨੇ ਜੋ ਉਹ ਸਿੱਖਦਾ ਆ, ਐਂਡ ਇਸ ਤੋਂ ਬਾਅਦ ਉਹਦੇ ਕੋਲ ਬਹੁਤ ਸਾਰੀਆਂ ਜੋਬਸ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਫਸਟਲੀ ਮੈਂ ਗੱਲ ਕਰਨੀ ਚਾਹਾਂਗੀ ਪ੍ਰਿੰਟ ਮੀਡੀਆ ਦੀ, ਜਿਹਦੇ ਵਿੱਚ ਕਿ ਸਾਡੇ ਮੈਗਜ਼ੀਨਸ, ਨਿਊਜ਼ਪੇਪਰਸ, ਫਲਾਇਰਸ, ਬੈਨਰਸ ਜਾਂ ਜੋ ਵੀ ਗ੍ਰਾਫਿਕਸ ਦਾ ਜਾਂ ਲੋਗੋ ਡਿਜ਼ਾਈਨਿੰਗ ਆ, ਲੋਗੋ ਜੋ ਕਿ ਇੱਕ ਕੰਪਨੀ ਨੂੰ ਮੇਨ ਪ੍ਰੈਜੈਂਟ ਕਰਦਾ ਆ ਕਿ ਐਕਚੁਅਲ ਚ ਕੰਪਨੀ ਕਿਸ ਕਿਸ ਦੇ ਰਿਗਾਰਡਿੰਗ ਹੈ, ਉਹ ਸਾਰਾ ਕੁਝ ਅਸੀਂ ਸਿਖਾਉਂਦੇ ਆ ਇੱਥੇ। ਜਿਸ ਤਰ੍ਹਾਂ ਕਿ ਸਾਡੇ ਨਿਊਜ਼ਪੇਪਰਸ ਦੇ ਵਿੱਚ ਐਡਸ ਸਾਡੀਆਂ ਆਉਂਦੀਆਂ ਤਾਂ ਇਹ ਪੇਜ ਜਿਹੜੇ ਕਨਸੈਪਟਸ ਆਉਂਦੇ ਨੇ ਇਹ ਸਾਰਿਆਂ ਦੀ ਡਿਜ਼ਾਈਨਿੰਗ ਤੁਹਾਡੇ ਸਟੂਡੈਂਟਸ ਕਰਦੇ ਨੇ? ਯੈਸ ਮੈਮ, ਉਹ ਸਾਰੇ ਸਟੂਡੈਂਟਸ ਨੂੰ ਸਿਖਾਉਂਦੇ ਆ ਅਸੀਂ, ਐਂਡ ਇਸ ਤੋਂ ਬਾਅਦ ਸਟੂਡੈਂਟਸ ਪ੍ਰਿੰਟ ਮੀਡੀਆ ਲਾਈਨ ਦੇ ਵਿੱਚ ਜਾ ਸਕਦੇ ਨੇ।
ਸੈਕਿੰਡਲੀ ਫਿਲਮ ਇੰਡਸਟਰੀ ਜੋ ਕਿ ਮੇਨ ਪਾਰਟ ਹੈ ਐਨੀਮੇਸ਼ਨ ਦਾ, ਫਿਲਮ ਇੰਡਸਟਰੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਕੋਪ ਹੈ ਐਨੀਮੇਸ਼ਨ ਦਾ, ਕਿਉਂਕਿ ਸਟੂਡੈਂਟ ਉਹਦੇ ਵਿੱਚ ਕੀ ਸਿੱਖਦੇ ਨੇ, ਵੀਡੀਓ ਐਡੀਟਿੰਗ ਸਿੱਖਦੇ ਨੇ, ਪ੍ਰੀ ਪ੍ਰੋਡਕਸ਼ਨ ਦਾ ਵਰਕ ਸਿੱਖਦੇ ਨੇ, ਐਂਡ ਉਹਦੇ ਵਿੱਚ ਜੋ ਵਿਜੂਅਲ ਇਫੈਕਟਸ ਸਿੱਖਦੇ ਨੇ ਜਾਂ ਜੋ ਗ੍ਰਾਫਿਕਸ ਦਾ ਵਰਕ ਜੋ ਕਿ ਮੇਨਲੀ ਸੌਂਗਸ ਵਿੱਚ ਬਹੁਤ ਜ਼ਿਆਦਾ ਅੱਜ ਕੱਲ੍ਹ ਹੋਣ ਲੱਗ ਗਿਆ ਹੈ, ਉਹ ਉਹਦੇ 'ਤੇ ਵਰਕ ਹੁੰਦਾ। ਐਂਡ ਸਪੈਸ਼ਲੀ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਮੂਵੀਜ਼ ਆ ਰਹੀਆਂ ਨੇ, ਇਸ ਤਰ੍ਹਾਂ ਪਹਿਲਾਂ ਰਾਵਣ was one movie jehdi Shahrukh Khan di sigi which presented VFX in a big way to India. Yes, aur us to baad robot aayi, robot 2 aayi, is tarah di kai movies aayi ne jinan de vich jo 3 work hai bahut high level te jo unhan ne work kita hoya inna movies de vich VFX bahut zyada use kita hoya inna movies de vich, and ਫਿਲਮ ਇੰਡਸਟਰੀ 'ਚ ਜਾ ਸਕਦੇ ਨੇ ਸਾਡੇ ਸਟੂਡੈਂਟਸ, ਐਂਡ ਉਸ ਤੋਂ ਬਾਅਦ ਐਡਵਰਟੀਜ਼ਮੈਂਟ ਦੇ ਡਿਪਾਰਟਮੈਂਟ ਹੈ ਜੋ ਉਹਦੇ ਵਿੱਚ ਵੀ ਜਾ ਸਕਦੇ ਨੇ। ਉਹਦੇ ਵਿੱਚ ਕਿੱਦਾਂ ਜਾ ਸਕਦੇ ਨੇ, ਜਿਸ ਤਰ੍ਹਾਂ ਕਿ ਜੋ ਟੀਵੀ ਐਡਸ ਨੇ ਜਿੰਨੀਆਂ ਵੀ ਬਣਦੀਆਂ ਨੇ ਜਾਂ ਜੋ ਕਿ ਆਪਣੀਆਂ ਸੋਸ਼ਲ ਮੀਡੀਆ ਤੇ ਜਿੰਨੀਆਂ ਐਡਸ ਆਪਾਂ ਕ੍ਰੀਏਟ ਕਰਦੇ ਹਾਂ, ਜਿਸ ਤਰ੍ਹਾਂ ਫੇਸਬੁੱਕ ਵਗੈਰਾ ਦੇ ਉੱਤੇ ਵੀ ਐਡਵਰਟਾਈਜ਼ਮੈਂਟਸ ਅਸੀਂ ਕਾਫੀ ਦੇਖਦੇ ਹਾਂ, ਹਾਂਜੀ ਜੋ ਹਾਂਜੀ ਬਲੌਗਸ ਬਣ ਕੇ ਆਉਂਦੇ ਨੇ ਜੋ ਛੋਟੇ ਛੋਟੇ, ਜੀ ਜੀ ਜੀ, ਉਹ ਸਾਰੀਆਂ ਚੀਜ਼ਾਂ ਕੀ ਨੇ ਜੋ ਇੱਥੇ ਡਿਜ਼ਾਈਨਿੰਗ ਸਿਖਾਈ ਜਾਂਦੀਆਂ, ਉਹਨਾਂ ਨੂੰ ਕਿਵੇਂ ਕ੍ਰੀਏਟ ਕਰਿਆ ਜਾਂਦਾ ਉਹਨਾਂ ਚੀਜ਼ਾਂ ਨੂੰ। ਇਸ ਤੋਂ ਬਾਅਦ ਕੀ ਹੈ ਜੋ ਸਟੂਡੈਂਟ ਇੱਕ ਗੇਮਿੰਗ ਲਾਈਨ ਵੀ ਚੂਜ਼ ਕਰ ਸਕਦੇ ਨੇ। ਗੇਮਿੰਗ ਲਾਈਨ ਦੇ ਵਿੱਚ ਕੀ ਹੈ, ਜਿਸ ਤਰ੍ਹਾਂ ਸਟੂਡੈਂਟ ਨੂੰ 3D ਦੇ ਵਿੱਚ ਜਦੋਂ ਜਾਂਦੇ ਨੇ 3D ਸੌਫਟਵੇਅਰ ਸਿੱਖਦੇ ਨੇ, ਉਹਦੇ ਵਿੱਚ ਉਹ ਸਟੂਡੈਂਟ ਸਿੱਖਦੇ ਨੇ ਕਿਵੇਂ ਡਿਜ਼ਾਈਨ ਕਰਨਾ ਇਨਵਾਇਰਮੈਂਟ, 3D ਇਨਵਾਇਰਮੈਂਟ ਕਿਵੇਂ ਡਿਜ਼ਾਈਨ ਕਰਨਾ, ਕਰੈਕਟਰਸ ਕਿਵੇਂ ਡਿਜ਼ਾਈਨ ਕਰਨੇ ਨੇ ਜਾਂ ਪ੍ਰੌਪਸ ਨੇ ਉਹ ਕਿਵੇਂ ਡਿਜ਼ਾਈਨ ਕਰ ਰਹੇ ਨੇ, ਇਹ ਸਾਰੀਆਂ ਚੀਜ਼ਾਂ ਨੂੰ ਸਿੱਖ ਕੇ ਉਹ ਇੱਕ ਗੇਮਿੰਗ ਦੇ ਲਾਈਨ 'ਚ ਵੀ ਜਾ ਸਕਦੇ ਨੇ। ਐਂਡ ਇਸ ਤੋਂ ਬਾਅਦ ਇੱਥੇ ਵੈਬ ਡਿਜ਼ਾਈਨਿੰਗ ਵੀ ਸਿਖਾਈ ਜਾਂਦੀ ਹੈ ਸਾਡੇ ਕੋਰਸ ਦੇ ਵਿੱਚ, ਤਾਂ ਕਿ ਸਟੂਡੈਂਟ ਜੋ ਕਿ ਇੱਕ ਵੈਬਸਾਈਟ ਕਿਵੇਂ ਡਿਜ਼ਾਈਨ ਕਰਨੀ ਆ, ਇੱਕ ਅੱਛੀ ਵੈਬਸਾਈਟ ਦਾ ਪੋਰਟਫੋਲੀਓ ਕਿਵੇਂ ਤਿਆਰ ਕਰਨਾ, ਉਹ ਸਾਰੀਆਂ ਚੀਜ਼ਾਂ ਵੀ ਕੋਰਸ ਦੇ ਅੰਦਰ ਸਿਖਾਈਆਂ ਜਾਂਦੀਆਂ ਨੇ ਕਿ ਸਟੂਡੈਂਟ ਵੈਬ ਡਿਜ਼ਾਈਨਿੰਗ ਦੀ ਲਾਈਨ 'ਚ ਵੀ ਜਾ ਸਕਦੇ ਨੇ। ਐਂਡ 3D ਮਾਡਲਿੰਗ ਜੋ ਕਿ ਇੱਕ ਐਡਵਾਂਸ ਲੈਵਲ ਦਾ ਆਪਣਾ ਲੈਵਲ ਹੈ 3D ਦਾ, ਐਂਡ ਸਟੂਡੈਂਟ ਅੱਜ ਕੱਲ੍ਹ ਜੋ ਮੂਵੀਜ਼ ਨੇ ਮੋਸਟਲੀ ਉਹਨਾਂ ਵਿੱਚ 3D ਕਰੈਕਟਰਸ ਹੀ ਆ ਰਹੇ ਨੇ, ਜਿਵੇਂ ਕਿ ਚਾਰ ਸਾਹਿਬਜ਼ਾਦੇ ਮੂਵੀ ਬਣੀ ਸੀ, ਉਹ ਮੇਨਲੀ ਸਾਰੀ ਕੀ ਸੀ, ਉਹ 3D ਹੀ ਬਣੀ ਹੋਈ ਸੀਗੀ, 3D ਕਰੈਕਟਰ ਹੀ ਸੀ, ਸਾਰਾ ਇਨਵਾਇਰਮੈਂਟ 3D ਸੀਗਾ, ਲਾਈਟਿੰਗ ਜਿੰਨਾ ਵੀ ਕੰਮ ਸੀ ਉਹਦੇ ਵਿੱਚ ਸਾਰਾ 3D ਸੀ, ਇਸ ਕਰਕੇ ਇੱਦਾਂ ਕਰਕੇ ਸਟੂਡੈਂਟ ਨੇ ਜੋ ਉਹ ਇੱਕ 3D ਲਾਈਨ ਵੀ ਚੂਜ਼ ਕਰ ਸਕਦੇ ਆਪਣੇ ਲਈ। ਜੀ ਸੁਰਿੰਕਲ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਤੁਸੀਂ ਯੂਨੀਵਰਸਿਟੀ ਦੇ ਟੋਪਰ ਰਹਿ ਚੁੱਕੇ ਹੋ, ਪਲੱਸ ਤੁਸੀਂ ਯੂਥ ਫੈਸਟੀਵਲ ਦੇ ਵਿੱਚ ਵੀ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਤੁਸੀਂ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ, ਤੇ ਦੈਟ ਮੀਨਸ ਜਦੋਂ ਤੁਸੀਂ BGC ਦੇ ਵਿੱਚ ਆਉਣ ਦੇ ਬਾਰੇ ਤੁਸੀਂ ਫੈਸਲਾ ਕੀਤਾ, ਤੁਸੀਂ ਸਾਡੇ ਵਿਊਅਰਸ ਦੇ ਨਾਲ ਇਹ ਸ਼ੇਅਰ ਕਰੋ ਕਿ ਇਹ ਡਿਸੀਜਨ ਜਿਹੜੀ ਹੈਗੀ ਆ ਉਹਨੇ ਤੁਹਾਨੂੰ ਕਿਸ ਤਰ੍ਹਾਂ ਹੈਲਪ ਕੀਤਾ ਇਹ ਸਾਰਾ ਕੁਝ ਅਚੀਵ ਕਰਨ 'ਚ। ਫਸਟ ਆਫ ਆਲ ਮੈਂ ਨਸਰਾਲੀ ਵਿਲੇਜ ਤੋਂ ਬਿਲੋਂਗ ਕਰਦੀ ਹਾਂ ਜੋ ਖੰਨੇ ਦੇ ਕੋਲ ਹੈ, ਔਰ ਉਦੋਂ ਇੱਥੇ ਤੱਕ ਆਉਣਾ ਬਹੁਤ ਇੱਕ ਤਰ੍ਹਾਂ ਦਾ ਕਹਿੰਦੇ ਹੋ ਇੰਪੋਸੀਬਲ ਹੈ, ਸਿਰਫ ਮਤਲਬ ਕਿ ਆਪਣੀ ਗਰਲਸ ਲਈ ਸਪੈਸ਼ਲੀ, ਤੇ ਬਟ ਇੱਥੇ ਮੈਨੂੰ ਬੱਸ ਫੈਸਿਲਿਟੀ ਮਿਲੀ ਜਿਤਨਾ ਕਿ ਮੈਨੂੰ ਇੰਨੀ ਦੂਰ ਤੋਂ ਇੱਥੇ ਤੱਕ ਆਉਣਾ ਬਿਲਕੁਲ ਔਖਾ ਨਹੀਂ ਲੱਗਦਾ, ਮੈਂ ਡੇਲੀ ਅਪ ਡਾਊਨ ਕਰਦੀ ਹਾਂ, ਮੈਨੂੰ ਬਿਲਕੁਲ ਵੀ ਨਾ ਟਰੈਵਲ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ, ਬੱਸ ਫੈਸਿਲਿਟੀ ਬਹੁਤ ਵਧੀਆ ਹੈ, ਆਪਣੇ ਜੋ ਡਰਾਈਵਰਸ ਨੇ ਉਹ ਸਾਰੇ ਬਹੁਤ ਵਧੀਆ ਨੇ, ਉਹਨੇ ਡਰਾਈਵਿੰਗ ਬਹੁਤ ਵਧੀਆ, ਸਾਨੂੰ ਕਦੇ ਵੀ ਕੰਪਲੇਂਟ ਦਾ ਮੌਕਾ ਨਹੀਂ ਮਿਲਿਆ ਕਿ ਬੱਸਿਸ ਦੇ ਰਿਲੇਟਡ ਅਸੀਂ ਜਾਈਏ ਕਿ ਸਾਨੂੰ ਆਹ ਪ੍ਰੋਬਲਮ ਆ, ਕਦੇ ਵੀ ਇੱਦਾਂ ਨਹੀਂ ਹੋਇਆ। ਸੈਕਿੰਡ ਮੈਮ ਉਹਦੇ ਦੇ ਟੀਚਰਸ ਬਹੁਤ ਵਧੀਆ ਨੇ, ਕਦੇ ਵੀ ਕੋਈ ਵੀ ਕੁਐਸਚਨ ਹੁੰਦਾ ਅਸੀਂ ਜਾਂਦੇ ਹਾਂ ਉਹਨਾਂ ਕੋਲ ਪੁੱਛਦੇ ਹਾਂ, ਇੱਕ ਵਾਰ ਪੁੱਛੀਏ 10 ਵਾਰ ਪੁੱਛੀਏ, ਉਹ ਬਹੁਤ ਪੋਲਾਈਟਲੀ ਆਨਸਰ ਦਿੰਦੇ ਨੇ, ਕਦੇ ਵੀ ਇੱਦਾਂ ਨਹੀਂ ਹੋਇਆ ਕਿ ਸਾਡੇ ਤੋਂ ਇਰੀਟੇਟ ਹੋਏ ਕਿ ਤੁਸੀਂ ਬਾਰ ਬਾਰ ਹੋ ਰਹੇ ਹੋ, ਬਾਰ ਬਾਰ ਉਹੀ ਤੁਹਾਡੇ ਕੁਐਸਚਨ ਨਹੀਂ, ਜਦ ਤੱਕ ਸਾਨੂੰ ਸਮਝ ਨਹੀਂ ਆਉਂਦਾ ਉਹ ਆਨਸਰ ਦਿੰਦੇ ਰਹਿੰਦੇ ਨੇ, ਇਹ ਸਾਨੂੰ ਬਹੁਤ ਵਧੀਆ। ਔਰ ਇੱਕ ਮੈਮ ਹੋਰ ਹੋਇਆ ਕਿ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹਦੇ ਨਾਲ ਕਿ ਅਸੀਂ ਗਲੋਬਲ ਐਕਸਪੋਜ਼ਰ ਕੀਤਾ, ਸਾਨੂੰ ਉਹਨਾਂ ਦੇ ਕਲਚਰ ਦਾ ਪਤਾ ਲੱਗਿਆ, ਉਹਨਾਂ ਨੂੰ ਸਾਡੇ ਕਲਚਰ ਦਾ ਪਤਾ ਲੱਗਿਆ, ਜਦ ਵੀ ਸਾਨੂੰ ਹੈਲਪ ਦੀ ਜ਼ਰੂਰਤ ਹੁੰਦੀ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ, ਉਹ ਸਾਡੀ ਹੈਲਪ ਕਰਦੇ ਨੇ, ਜਿੰਨਾ ਕਿ ਸਾਨੂੰ ਕੋਆਪਰੇਸ਼ਨ ਦਾ ਵੀ ਪਤਾ ਲੱਗਿਆ। ਹੋਰ ਮੈਮ ਉਹਦੇ ਇੰਫਰਾਸਟ੍ਰਕਚਰ ਬਹੁਤ ਵਧੀਆ, ਕਦੇ ਵੀ ਸਾਨੂੰ ਆਈ ਨਹੀਂ ਹੋਇਆ ਕਿ ਕੋਈ ਵੀ ਜਿੱਦਾਂ ਹੁਣ ਸਾਡਾ ਐਨੀਮੇਸ਼ਨ ਰਿਲੇਟਡ ਵਰਕ ਆ ਕਿ ਸਾਨੂੰ ਕਾਲਜ ਤੋਂ ਬਾਹਰ ਜਾਣਾ ਪਊਗਾ, ਸਭ ਕੁਛ ਇੱਥੇ ਅਵੇਲੇਬਲ ਆ, ਕੈਮਰਾਸ, ਲਾਈਟਿੰਗ, ਸਭ ਕੁਛ, ਕਰੋਮਾ, ਕਦੇ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਜਿਸ ਤਰ੍ਹਾਂ ਰਿੰਕਲ ਨੇ ਕਿਹਾ ਕਿ ਇੱਥੇ ਸਾਰਾ ਕੁਛ ਅਵੇਲੇਬਲ ਹੈ, ਮੈਂ ਐਡ ਕਰਨਾ ਚਾਹਾਂਗੀ ਕਿ ਜਿਵੇਂ ਸਾਡੇ ਕੋਲ ਇੱਥੇ 5 ਸਟੂਡੀਓਸ ਨੇ ਜੋ ਕਾਲਜ ਪ੍ਰੋਵਾਈਡ ਕਰਦਾ ਸਟੂਡੈਂਟ ਨੂੰ ਉਹਨਾਂ ਦੇ ਪ੍ਰੋਜੈਕਟ ਦੇ ਰਿਗਾਰਡਿੰਗ। ਜੀ ਜੀ, 2 ਰੂਮਸ ਨੇ ਜੋ ਕਰੋਮਾ ਸ਼ੂਟਿੰਗ ਲਈ ਰੱਖੇ ਹੋਏ ਨੇ, ਐਂਡ 2 ਨੇ ਜੋ ਵੀਡੀਓ ਐਡੀਟਿੰਗ ਦੇ ਲਈ ਰੱਖੇ ਹੋਏ ਨੇ।
ਜਿੱਥੇ ਸਟੂਡੈਂਟਸ ਪ੍ਰੈਕਟਿਸ ਕਰਦੇ ਨੇ ਆਪਣੀ ਵੀਡੀਓ, ਭਾਵੇਂ ਉਹਨਾਂ ਨੇ ਕੋਈ ਸੌਂਗ ਸਿੰਗ ਕਰਨਾ ਆ, ਉਹਦੀ ਡਬਿੰਗ ਕਰਦੇ ਨੇ, ਆਪਣੀ ਵੀਡੀਓ ਐਡੀਟਿੰਗ ਕਰਦੇ ਨੇ, ਭਾਵੇਂ ਕੋਈ ਸਟੂਡੈਂਟ ਨਿਊਜ਼ ਦੇ ਰਿਲੇਟਿਡ ਕੁਛ ਕਰ ਰਿਹਾ ਆਪਣਾ ਵਰਕ, ਉਹ ਕਰੋਮਾ ਦੀ ਹੈਲਪ ਲੈਂਦੇ ਨੇ ਐਂਡ ਉੱਥੇ ਆਪਣੀ ਵੀਡੀਓਜ਼ ਕ੍ਰੀਏਟ ਕਰਦੇ ਨੇ ਐਂਡ ਵੀਡੀਓ ਐਡੀਟਿੰਗ ਕਰਦੇ ਨੇ। ਸਟੂਡੈਂਟਸ ਨੂੰ ਇਹਦੇ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆ, ਕੈਮਰਾਸ ਵੀ ਕਾਲਜ ਦੇ ਅੰਦਰ ਹੀ ਪ੍ਰੋਵਾਈਡ ਕੀਤੇ ਜਾਂਦੇ ਨੇ, ਲਾਈਟਿੰਗ ਸਾਰਾ ਸਿਸਟਮ ਜੋ ਹੈ ਉਹ ਸਾਰਾ ਇਨਫਰਾਸਟ੍ਰਕਚਰ ਦੇ ਅੰਦਰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਸਟੂਡੈਂਟਸ ਨੂੰ। So this was a very enlightening session ke tusi is course de bare is branch de bare bada acha sade viewers nu dassya kyunki eh attract ta kardi hai students nu but ohna de process pura clear nahi hunda ki ede vich ki ki involved hai ki ki skills students sikhde ne oh sara kuch tusi ajj dassya ek cheez main hor add karna chahunga ki jis tarah ki hun sade college ne ek bahut hi vadhiya faisla lita hai aaj ਜੋ ਹੈ ਆਇਲਸ ਦਾ ਕੋਰਸ ਫ੍ਰੀ ਕਰਵਾਉਣ ਦਾ। ਮੇਨਲੀ ਕੀ ਹੁੰਦਾ ਕਿ ਆਇਲਸ ਦਾ ਕੋਰਸ ਜੋ ਕਿ ਇੱਕ ਇਹਦੀ ਫੀਸ ਬਹੁਤ ਜ਼ਿਆਦਾ ਆ ਐਂਡ ਸਟੂਡੈਂਟਸ ਨੂੰ ਅਲੱਗ ਤੋਂ ਜਾ ਕੇ ਇਹ ਚੀਜ਼ ਕਰਨੀ ਪੈਂਦੀ ਹੈ ਐਂਡ ਆਇਲਸ ਦੀ ਡਿਮਾਂਡ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈ ਹੈ। ਹਰ ਸਟੂਡੈਂਟ ਚਾਹੁੰਦਾ ਕਿ ਉਹ ਜਾਂ ਤਾਂ ਫਿਰ ਇੰਗਲਿਸ਼ ਇੱਥੇ ਰਹਿਣਾ ਤਾਂ ਜਾਂ ਤਾਂ ਫਿਰ ਉਹ ਇੰਗਲਿਸ਼ ਸਿੱਖੇ ਅਤੇ ਜਾਂ ਫਿਰ ਉਹ ਆਪਣੀ ਸਟੱਡੀ ਕਰਕੇ ਫੋਰਨ ਜਾਵੇ ਐਂਡ ਸਾਡੇ ਕਾਲਜ ਨੇ ਇਹ ਸਟੈਪ ਲਿਆ ਕਿ ਸਟੂਡੈਂਟਸ ਨੂੰ ਉਹਨਾਂ ਦੀ ਵਿਦ ਇਨ ਦੇਅਰ ਸਟੱਡੀਜ਼ ਉਹਨਾਂ ਨੂੰ ਆਇਲਸ ਕਰਵਾਈ ਜਾਵੇ ਐਂਡ ਇਹ ਆਇਲਸ ਜੋ ਹੈ ਇਹ ਬਿਲਕੁਲ ਹੀ ਫ੍ਰੀ ਹੈ ਸਟੂਡੈਂਟ ਦੇ ਲਈ। ਉਹ ਇਹਦੇ ਨਾਲ ਆਪਣੇ ਕੋਰਸ ਦੇ ਨਾਲ ਨਾਲ ਆਇਲਸ ਜੁਆਇਨ ਕਰਦੇ ਨੇ ਐਂਡ ਇੱਥੋਂ ਆਇਲਸ ਦੀ ਟ੍ਰੇਨਿੰਗ ਲੈਂਦੇ ਨੇ। ਜੀ ਇਹ ਤਾਂ ਫਿਰ ਬਹੁਤ ਹੀ ਵਧੀਆ ਇਨੀਸ਼ੀਏਟਿਵ ਆ ਜੀ ਰਿੰਕਲ। ਮੈਂ ਆਪਣੇ ਵਿਊਜ਼ ਨਾਲ ਇੱਕ ਗੱਲ ਹੋਰ ਸ਼ੇਅਰ ਕਰਨੀ ਚਾਹੁੰਦੀ ਹਾਂ ਕਿ ਆਪਣੇ BGC ਕਾਲਜ ਦੇ ਵਿੱਚ ਬਲੈਂਡਡ ਟੀਚਿੰਗ ਦੀ ਵੀ ਫੈਸਿਲਿਟੀ ਆ ਜੋ ਕਿ ਪਲੈਟਫਾਰਮ ਆ ਕਿ ਹੁਣ ਮੇਰੇ ਰੀਸੈਂਟਲੀ ਮੈਰਿਜ ਹੋਈ ਜਿਹਦੇ ਕਰਕੇ ਮੈਂ ਬੀਟਿੰਗ ਕਾਲਜ ਨਹੀਂ ਆ ਪਾਈ ਪਰ ਮੈਂ ਸਾਰਾ ਕੁਛ ਮੇਰੀ ਸਟੱਡੀ ਦਾ ਬਿਲਕੁਲ ਵੀ ਲੋਸ ਨਹੀਂ ਹੋਇਆ। ਮੈਨੂੰ ਸਾਰਾ ਕੁਛ ਲੈਕਚਰਸ ਦਾ ਜੋ ਵੀ ਹੁੰਦਾ ਸੀ ਡੇਲੀ ਦਾ ਮੈਨੂੰ ਘਰ ਬੈਠੇ ਨੂੰ ਮਿਲਦਾ ਸੀ ਉਹਦੇ ਨਾਲ ਮੇਰਾ ਲੋਸ ਨਹੀਂ ਹੋਇਆ ਅਤੇ ਅੱਜ ਮੇਰਾ MSTC ਸੀ ਉੱਥੇ ਮੈਂ ਬਹੁਤ ਵਧੀਆ ਪਰਫੋਰਮ ਕੀਤਾ ਅਤੇ ਸਟੱਡੀ ਵੀ ਤਾਂ ਵੀ ਬਿਲਕੁਲ ਨਹੀਂ ਲੋਸ ਹੁੰਦਾ ਸੀ ਸਾਡੇ। ਕਈ ਵਾਰ ਏਦਾਂ ਹੁੰਦਾ ਕਿ ਲਾਈਵ ਪ੍ਰੋਜੈਕਟ ਚੱਲਦੇ ਹੁੰਦੇ ਨੇ ਜਿਸ ਨਾਲ ਅਸੀਂ ਆਪਣਾ ਥਿਊਰੀ ਲੈਕਚਰਸ ਮਿਸ ਕਰ ਦਿੰਦੇ ਆ ਤੇ ਉਹ ਵੀ ਸਾਡਾ ਸਾਰਾ ਕੁਛ ਨਾਲ ਦੇ ਨਾਲ ਕਵਰ ਹੋ ਜਾਂਦਾ, ਬਿਲਕੁਲ ਵੀ ਸਟੱਡੀ ਦਾ ਲੋਸ ਨਹੀਂ ਹੁੰਦਾ। ਸੋ ਜਿਸ ਤਰ੍ਹਾਂ ਕਿ ਸਾਡੇ ਵਿਊਅਰਸ ਨੇ ਦੇਖਿਆ ਕਿ ਪੁੱਟਾ ਗਰੁੱਪ ਆਫ ਕਾਲਜਸ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਆਪਣੇ ਸਟੂਡੈਂਟਸ ਨੂੰ ਹੈਲਪ ਕਰ ਰਿਹਾ, ਉਹਨਾਂ ਨੂੰ ਐਂਪਲ ਫੈਸਿਲਿਟੀਜ਼ ਐਂਡ ਇਨਫਰਾਸਟ੍ਰਕਚਰ ਪ੍ਰੋਵਾਈਡ ਹੋ ਰਿਹਾ ਹੈ। ਵੈਲ ਟ੍ਰੇਨਡ ਸਟਾਫ ਹੈ ਜਿਹੜਾ ਕਿ ਸਟੂਡੈਂਟਸ ਦੀ ਹਰ ਨੀਡ ਨੂੰ ਕੇਟਰ ਕਰ ਰਹੇ ਨੇ। ਬਲੈਂਡਡ ਟੀਚਿੰਗ ਦੀ ਇੱਕ ਫੈਸਿਲਿਟੀ ਹੈ ਜਿਹੜੀ ਕਿ ਬਹੁਤ ਯੂਨੀਕ ਹੈ ਔਰ ਜਿਸ ਤਰ੍ਹਾਂ ਕਿ ਰਿੰਕਲ ਨੇ ਮੈਂਸ਼ਨ ਕੀਤਾ ਕਿ ਸਿੰਸ ਇਟ ਵਾਜ਼ ਹਰ ਮੈਰਿਜ ਉਹਦੀ ਸ਼ਾਦੀ ਕਰਕੇ ਉਹ ਨਹੀਂ ਆ ਸਕੀ ਅਰਾਊਂਡ 20 ਡੇਜ਼ 3 ਵੀਕਸ ਇਜ਼ ਅ ਲੋਟ ਆਫ ਟਾਈਮ ਉਹਦੇ ਵਿੱਚ ਬਹੁਤ ਸਾਰਾ ਸਿਲੇਬਸ ਮਿਸ ਵੀ ਹੋ ਸਕਦਾ ਸੀ ਬਟ ਬਲੈਂਡਡ ਟੀਚਿੰਗ ਦੇ ਕਾਰਨ ਉਹ ਇਸ ਚੀਜ਼ ਨੂੰ ਬਿਲਕੁਲ ਉਹਨੂੰ ਘਾਟਾ ਨਹੀਂ ਪਿਆ ਔਰ ਉਹਨੇ ਸਾਰਾ ਆਪਣਾ ਵਰਕ ਕਵਰ ਕੀਤਾ ਔਰ ਜਿਸ ਤਰ੍ਹਾਂ ਕਿ ਅਨੁਰੀ ਜੀ ਨੇ ਦੱਸਿਆ ਕਿ ਆਜ਼ ਆ ਇਨੀਸ਼ੀਏਟਿਵ ਪੁੱਟਾ ਗਰੁੱਪ ਆਫ ਕਾਲਜਿਸ ਦੇ ਵਿੱਚ ਸਟਾਰਟ ਹੋਇਆ ਜਿਹਦੇ ਵਿੱਚ ਕਿ ਡਿਊਰਿੰਗ ਦ ਕਾਲਜ ਆਰਸ ਇਟਸੈਲਫ ਇੱਕ ਟਾਈਮ ਪ੍ਰੋਵਾਈਡ ਕੀਤਾ ਜਾਂਦਾ ਸਟੂਡੈਂਟਸ ਨੂੰ ਜਿਹਦੇ ਵਿੱਚ ਉਹਨਾਂ ਨੂੰ ਆਇਲਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਐਂਡ ਬਿਲਕੁਲ ਫ੍ਰੀ ਆਫ ਕੋਸਟ। ਸੋ ਅਨੁਰੀ ਜੀ ਐਂਡ ਰਿੰਕਲ ਜੋਤ, ਥੈਂਕ ਯੂ ਸੋ ਮਚ ਫੋਰ ਯੋਰ ਟਾਈਮ ਐਂਡ ਦਿਸ ਇਜ਼ ਦਿਲਰਾਜ ਸਾਈਨਿੰਗ ਆਫ ਫਰੋਮ ਪੁੱਟਾ ਕਾਲਜ ਗਿਰੀ, ਦ ਲਾਈਵ ਯੂਟਿਊਬ ਚੈਨਲ ਆਫ ਪੁੱਟਾ ਗਰੁੱਪ ਆਫ ਕਾਲਜਿਸ। ਥੈਂਕ ਯੂ।